ਇਹ ਕੰਮ ਸਹੀ ਕੀਤਾ ਪੁੱਛੋ ਹੋ ਰਹੀ ਹੋ ਨਾ ਸਭ ਸੇ ਭਾਈ ਪੁਰਾਣੇ ਹੋ ਨਵੇਂ ਹੋ ਸਾਰੇ ਬਾਕੀ ਵੀ ਜਿਹੜੇ ਜੈਕਾਰਾ ਨਾਲ ਮੋਬਾਈਲ ਫਟਾ ਦੋ
ਤਸਵੀਰਾਂ ਬਣਾ ਲੈਣਾ ਅੱਗੇ ਨਿਕਲ ਅੱਗੇ ਥੱਲੋਂ ਤੁਰ ਕੇ ਥੱਲੋਂ ਤੁਰ ਛੰਨੋ ਰੁਮਾਲੇ ਲੈ ਕੇ ਬਣਾ ਬਣਾ ਮੈਨੂੰ ਲੱਗ ਗਿਆ ਸੀ ਪਤਾ ਕਿ ਤੇਰੇ ਕੋਲ ਨਾ ਕੈਮਰਾ ਨਹੀਂ ਆਉਂਦਾ ਵੀਡੀਓ ਵਾਲਾ ਪੇਜ ਬਣਾ ਇਸ ਤਰ੍ਹਾਂ ਕਰਕੇ ਸੈਲਫੀ ਹੋ ਉਲਟਾ ਕਰ ਗਲਾਨੀ ਸਾਹਿਬ ਨੂੰ ਵੀ ਲੱਭ ਲਾ ਉਹ ਪਿੱਛੇ ਇੱਥੇ ਬਣਾਓ ਉੱਥੇ ਜਗ੍ਹਾ ਘੱਟ ਉੱਥੇ ਲਾਈਟ ਘੱਟ ਸੰਗਤਾਂ ਦੇ ਸ਼ਹੀਦ ਹੋਣ ਤੋਂ ਬਾਅਦ 21 ਫਰਵਰੀ ਵਾਲੇ ਦਿਨ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਜਗ੍ਹਾ ਬਣਾਈ ਗਈ ਹੈ
ਸੋ ਇਹ ਸ਼ਹੀਦੀ ਸਥਾਨ ਹੈ ਅਤੇ ਨਾਲ ਹੀ ਨਾਲ ਜੋ ਆਪ ਜੀ ਨੇ ਪਾਲਕੀ ਨਜ਼ਰ ਆ ਰਹੀ ਹੈ ਇਹ ਉਹ ਪਾਲਕੀ ਹੈ ਜਿਹੜੇ 2005 ਦੇ ਵਿੱਚ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਲੈ ਕੇ ਆਏ ਸਨ ਔਰ ਦਿੱਲੀ ਦੀ ਸੰਗਤਾਂ ਨੇ ਇਹਦੀ ਸੇਵਾ ਕੀਤੀ ਸੀ ਇਸ ਤੋਂ ਅੱਗੇ ਉਹ ਜਾਂਡੇ ਆ ਜਿਹਦਾ ਆਪਾਂ ਅਰਦਾਸ ਦੇ ਜ਼ਿਕਰ ਕਰਦੇ ਹਾਂ ਕਿ ਜੰਡਾ ਨਾਲ ਬਣ ਕੇ ਸਾੜੇ ਗਏ ਸਨ ਸੋ ਇਤਿਹਾਸਿਕ ਜੰਡ ਵੀ ਇੱਥੇ ਆਪਾਂ ਸਭ ਤੋਂ ਪਹਿਲੇ ਮਿਹਨਤ ਸਾਹਿਬ 'ਤੇ ਜਾਣਾ ਹੈ ਉੱਥੇ ਆਪਾਂ ਸਭ ਨੂੰ ਨੰਦਕੀ ਹੱਥੀ ਭਰਨੀ ਹੈ ਉਸ ਤੋਂ ਬਾਅਦ ਆਪਾਂ ਸ਼ਿਖਰ ਨੂੰ ਵੀ ਆ ਕੇ ਇੱਕ ਦਿਨ ਸਾਂਝ ਪਾਣੀ ਚਾਹੀਦਾ ਨਨਕਾਣਾ ਸਾਹਿਬ ਦਾ ਪੇਜ ਆ ਉਹਨੂੰ ਲਾਈਵ ਚੱਲ ਰਹੀ ਯਾਰ ਤੂੰ ਮੈਨੂੰ ਕੰਮ ਨਹੀਂ ਕਰਨਾ
ਜਿਹੜਾ ਮੇਰੇ ਸਜੋ ਸਜੋ ਕੋਈ ਬਾਹਰ ਬੈਠੋ ਕੋਈ ਅੰਦਰ ਬੈਠੋ ਅੰਮ੍ਰਿਤ ਕਦਾਤੇ ਸਫਾਈ ਹੋਏ ਸਹਾਏ ਕਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੇ ਪੰਜਾਬ ਪਿਆਰਿਆਂ ਚੌਂਹ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਹੀ ਤੇ ਗਵਾਹੀ ਦੇਖ ਸੁਣ ਕੇ ਅੰਦਰ ਕੀਤਾ ਪਿਆਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੀਆਂ ਖਲਾ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਸਾਂ ਨਿਭਾਇਆ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੇ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਚ ਕੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਵਿਰਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੇ ਸਿੱਖਾਂ ਦਾ ਮਰਨੀਆਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ
ਤੇ ਸੇਵਾ ਸੰਭਾਲਣ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਧਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਪੁਆਇਓ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਰਦਾਸ ਬੇਨਤੀ ਜੁਜਰੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਪੰਚਮ ਪਿਤਾ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਸੰਨ 1604 ਨੂੰ ਆਪ ਸ੍ਰੀ ਗ੍ਰੰਥ ਸਾਹਿਬ ਜੀ ਦੇ ਬੀੜ ਦੇ ਪਹਿਲੇ ਪ੍ਰਕਾਸ਼ ਕਰਵਾਏ ਸਨ ਆਪ ਗੁਰਾਂ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਦਿਵਸ ਆਪ ਜੀ ਦੀਆਂ ਸੰਗਤਾਂ ਬੜੇ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ ਕਿਰਪਾ ਕਰੀ ਸੰਗਤਾਂ ਦੇ ਸੀਸ ਤੇ ਆਪਣਾ ਮੇਰਾ ਪੁੱਟਣਾ ਚੜ੍ਹਦੀ ਕਲਾਮ ਵਿੱਚ ਕਹਿਣਾ ਚ ਸਤਿਗੁਰੂ ਜੀ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ 550 ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਪਾਕਿਸਤਾਨ ਵਿਖੇ ਵਰਲਡ ਸਿੱਖ ਕਨਵੈਨਸ਼ਨ ਦੇ ਸੰਬੰਧ ਵਿੱਚ ਪਾਤਸ਼ਾਹ ਜੀ ਬੇਅੰਤ ਸੰਗਤਾਂ ਪਾਕਿਸਤਾਨ ਆ ਕਰਕੇ ਇਸ ਵੇਲੇ ਸ੍ਰੀ ਗੁਰਦੁਆਰਾ ਜਨਮ ਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹਨ ਕਿਰਪਾ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਾ ਪ੍ਰਵਾਨ ਕਰਨੇ ਸੀਸ ਤੇ ਆਪਣਾ ਮਿਰਖ ਨਾਲ ਯਾਤਰਾ ਸਬਜ਼ੀ ਕਰਨੀ ਜੋ ਜੋ ਭਾਵਨਾ ਮੁੱਖ ਰੱਖਦੇ ਹੋਏ ਆ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਅਸਥਾਨ ਤੇ ਨਤਮਸਤਕ ਹੋ ਰਹੀਆਂ ਹਨ ਆਪ ਜਾਣੀ ਜਾਣੋ ਕਿਰਪਾ ਕਰੋ ਬੱਚਿਆਂ ਦੇ ਸੀਸ ਤੇ ਆਪਣਾ ਮਿਰਖ ਚੁਣਾ ਹਰ ਪ੍ਰਕਾਰ ਦੀ ਰੱਖਿਆ ਅਤੇ ਸਹਿਤਾਬ ਸ੍ਰੀ ਅਰਦਾਸ ਬੇਨਤੀ ਜੋਦਰੀ ਹੈ ਕਿਰਪਾ ਕਰੋ ਆਪਣੀਆਂ ਸੰਗਤਾਂ ਦੀਆਂ ਮੁਸ਼ਕਿਲ ਅਰਦਾਸਾਂ ਬੇਨਤੀਆਂ ਪਿਆਂ ਦੇ ਸੀਸ ਤੇ ਆਪਣਾ ਮੇਰਾ ਪਿੰਨਾ ਹਰ ਪ੍ਰਕਾਰ ਦੀ ਰੱਖਿਆ ਅਤੇ ਸਹਿਤਾਬ ਕਰਨੀ ਇਸ ਵੇਲੇ ਆਪ ਜੀ ਆਪਣਾ ਪਾਵਨ ਪਵਿੱਤਰ ਫਰਮਾਨ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰਨ ਦੀ ਕਿਰਪਾਲਤਾ ਕਰੋ ਸੇ ਕਰੇ ਗੁਰਮੁਖ ਵੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹੀ ਰਾ ਕਿਰੇ ਪਾਣੇ ਸਰਬੰਦਾ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹੱਲਾ ਪੰਜਵਾਂ ਸਤਿਗੁਰੂ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਸਤਿਗੁਰੁ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਆਵਰਨ ਸੂਚੈ ਦੂਜੀ ਟਾਹਰ ਹਰ ਪਰਿਓ ਤੋ ਦੁਆਰੀ ਲਿਖਾ ਛੋਟ ਅਲਿਖੈ ਛੋਟ ਹਮ ਨਿਰਗੁਣ ਲਿਹੋ ਵਾਰੀ ਸਾਧਵਕ ਸੰਦ ਸਦਾ ਮਿਹਰਬਾਨਾ ਸਭਨਾ ਦੀ ਅਧਾਰੀ ਨਾਨਕ ਦਾ ਸੰਤ ਪਛੈ ਪਰਿਓ ਰੱਖ ਲਿਹੋ ਇਹੋ ਬਾਰੀ ਸਦਬਕ ਸੰਦ ਸਦਾ ਮਿਹਰਬਾਨਾ ਸਭਨਾ ਦੀ ਅਧਾਰੀ ਨਾਨਕ ਦਾ ਸੰਤ ਪਛੈ ਪਰਿਓ ਰੱਖ ਲਿਹੋ ਇਹੋ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਜੀਓ ਇਸ ਵੇਲੇ ਆਪ ਜੀ ਜਿਸ ਅਸਥਾਨ 'ਤੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਪਵਿੱਤਰ ਅਸਥਾਨ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ 15 ਅਪ੍ਰੈਲ 1469 ਨੂੰ ਅਵਤਾਰ ਧਾਰਿਆ ਸੀ ਔਰ ਆਪ ਜੀ ਇਸ ਵੇਲੇ ਇਸ ਸਾਈਡ ਤੋਂ ਆਪਣੇ ਗੁਰੂ ਜੀ ਦੇ ਸਾਈਨ ਨਜ਼ਰ ਆ ਰਹੇ ਨੇ ਇਹ ਉਹ ਸਾਈਨ ਨੇ ਜਿਹੜੇ 1921 ਦੇ ਵਿੱਚ ਮਹੰਤਾਂ ਨੇ ਗੋਲੀ ਚਲਾਈ ਸੀ ਅਤੇ ਤਾਬੇ ਸਿੰਘ ਵੀ ਸ਼ਹੀਦ ਹੋ ਗਏ ਸੀ ਤਾਬੇ ਬੇਟਾ ਸਿੰਘ ਵੀ ਸ਼ਹੀਦ ਹੋ ਗਿਆ ਸੀ ਕੀਰਤਨ ਕਰਦੇ ਹੋਏ ਸਿੰਘ ਵੀ ਸ਼ਹੀਦ ਹੋ ਗਏ ਸਨ ਅਤੇ ਹੋਰ ਵੀ ਜੋ ਕੀਰਤਨ ਸਰਵਣ ਕਰ ਰਹੇ ਸਨ ਅਤੇ ਗੁਰੂ ਘਰ ਦੀ ਸੇਵਾ ਕਰ ਰਹੇ ਸਨ ਉਹ ਸਾਰੇ ਸਿੰਘ ਸ਼ਹੀਦ ਹੋ ਗਏ ਸਨ ਸੋ ਆਪ ਜੀ ਨੇ ਜਿੱਥੇ ਇਸ ਸਥਾਨ 'ਤੇ ਨਤਮਸਤਕ ਹੋਣਾ ਹੈ ਉੱਥੇ ਆਪ ਜੀ ਨੇ ਸ਼ਹੀਦਾਂ ਨੂੰ ਵੀ ਪ੍ਰਣਾਮ ਉੱਥੇ ਫਤਿਹ ਬੁਲਾਉਣੀ ਹੈ ਜੀ
ਸਾਰੇ ਬਾਹਰ ਬੈਠ ਕੇ ਅਤੇ ਕੋਈ ਸੋਟੇ ਦਾ ਪ੍ਰੋਗਰਾਮ ਹੈ ਅਤੇ ਉੱਥੇ ਵਾਰੀ ਵਾਰੀ ਆਪਣੇ ਸੋਟੇ ਦੇ ਕਰ ਰਿਹਾ ਮੈਂ ਲਿਸਟ ਹੋ ਗਈ ਆ ਰਹੀ ਠੀਕ ਠਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।